ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਪੰਜਾਬ ਪੁਲਿਸ ਕਨਸਟੇਬਲ ਦੀ ਭਰਤੀ ਜੋ 2023 ਦੇ ਵਿੱਚ ਚੱਲ ਰਹੀ ਹੈ ਜਿਨ੍ਹਾਂ ਦਾ ਪੇਪਰ ਹੋ ਚੁੱਕਿਆ ਹੈ ਇਸ ਭਰਤੀ ਨਾਲ ਰਿਲੇਟਡ ਬਹੁਤ ਸਾਰੇ ਕੁਐਸਚਨ ਮੈਨੂੰ ਬਾਰ-ਬਾਰ ਪੁੱਛੇ ਜਾ ਰਹੇ ਹਨ ਸੋ ਸਾਰਿਆਂ ਦੇ ਆਨਸਰ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਊਂਗਾ ਜਿਵੇਂ ਕਿ ਸਭ ਤੋਂ ਜ਼ਿਆਦਾ ਪੁੱਛਣ ਵਾਲਾ ਕੁਐਸਚਨ ਇਹ ਹੈ ਕਿ ਕਿੰਨੇ ਨੰਬਰ ਵਾਲਾ ਪਾਸ ਹੋਵੇਗਾ ਪੇਪਰ ਦੇ ਵਿੱਚ ਕਿ ਦੋਨਾਂ ਪੇਪਰਾਂ ਦੇ ਨੰਬਰ ਹੈ ਜਿਹੜੇ ਉਹ ਜੁੜ ਕੇ ਨੰਬਰ ਟੋਟਲ ਲੱਗਣਗੇ ਜੋ ਤੁਹਾਡਾ ਪੰਜਾਬੀ ਦਾ ਤੇ ਮੇਨ ਪੇਪਰ ਹੋਇਆ ਕਿੰਨੇ ਨੰਬਰ ਤੁਹਾਡੇ ਵਧਣ ਕੇ ਨੋਰਮਲਾਈਜੇਸ਼ਨ ਤੋਂ ਬਾਅਦ ਰਿਜ਼ਲਟ ਕਦੋਂ ਤੱਕ ਆਵੇਗਾ ਮੈਰਿਟ ਕਿੰਨੀ ਜਾ ਸਕਦੀ ਹੈ ਨਵੀਂ ਭਰਤੀ ਕਦੋਂ ਆਵੇਗੀ ਸਾਰੇ ਜਿੰਨੇ ਵੀ ਇਹ ਕੁਐਸ਼ਨ ਹੈ ਇਹਨਾਂ ਦੇ ਮੈਂ ਆਨਸਰ ਇਸ ਵੀਡੀਓ ਦੇ ਵਿੱਚ ਦਊਂਗਾ ਵੀਡੀਓ ਨੂੰ ਧਿਆਨ ਨਾਲ ਤੇ ਪੂਰਾ ਜ਼ਰੂਰ ਦੇਖੋ ਤੇ ਸਾਰੇ ਜਾਣੇ ਮੇਰੇ ਨੰਬਰ ਦੇ ਉੱਤੇ ਮੈਸੇਜ ਜ਼ਰੂਰ ਕਰ ਲਓ ਕੋਈ ਵੀ ਅਪਡੇਟ ਆਊਗਾ ਇਸ ਭਰਤੀ ਨੂੰ ਲੈ ਕੇ ਮੈਂ ਸਟੇਟਸ ਪਾ ਕੇ ਦੱਸ ਦਊਂਗਾ ਤੇ ਟੈਲੀਗ੍ਰam ਵੀ ਜ਼ਰੂਰ ਜੁਆਇਨ ਕਰ ਲਿਓ ਜੀਕੇ ਫੈਕਟਸ ਸਰਚ ਕਰਕੇ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਕਿੰਨੇ ਨੰਬਰ ਵਾਲਾ ਪਾਸ ਹੋਵੇਗਾ ਤੁਹਾਡੇ ਸਾਹਮਣੇ ਇਹ ਮੈਂ ਕਾਂਸਟੇਬਲ ਦਾ ਜੋ ਨੋਟੀਫਿਕੇਸ਼ਨ ਆਇਆ ਸੀ ਇਹ ਓਪਨ ਕੀਤਾ ਹੋਇਆ ਹੈ ਇਹ ਤੁਹਾਨੂੰ ਮੇਰੇ ਟੈਲੀਗ੍ਰam ਗਰੁੱਪ ਦੇ ਵਿੱਚ ਵੀ ਮਿਲ ਜੂਗਾ ਅੱਗੇ ਜਾ ਕੇ ਮੈਂ ਦੱਸੂਗਾ ਕਿ ਇਸ ਤਰ੍ਹਾਂ ਤੁਸੀਂ ਇਹ ਨੋਟੀਫਿਕੇਸ਼ਨ ਲੈ ਸਕਦੇ ਆ ਕਿਸ ਤਰ੍ਹਾਂ ਤੁਸੀਂ ਇਸ ਨੂੰ ਪੜ੍ਹ ਸਕਦੇ ਆ ਠੀਕ ਹੈ ਸੋ ਇਸ ਦੇ ਵਿੱਚ ਟੋਟਲ ਪੋਸਟਾਂ ਦੀ ਆਪਾਂ ਜੇ ਗੱਲ ਕਰੀਏ ਤਾਂ 1700 46 ਟੋਟਲ ਪੋਸਟਾਂ ਸੀ ਕਾਂਸਟੇਬਲ ਦੀਆਂ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਜੋ ਤੁਹਾਡਾ ਸਭ ਤੋਂ ਜ਼ਿਆਦਾ ਵੋਸ਼ਨ ਪੁੱਛਿਆ ਜਾਂਦਾ ਕਿ ਕਿੰਨੇ ਨੰਬਰ ਵਾਲਾ ਪਾਸ ਹੈ ਪੇਪਰ ਦੇ ਵਿੱਚ ਆ ਦੇਖ ਲਓ ਨੋਟੀਫਿਕੇਸ਼ਨ ਦੇ ਵਿੱਚ ਮਿਨੀਮਮ ਮਾਰਕਸ ਜੋ ਲਿਖੇ ਹੋਏ ਆ ਅ ਐਸ ਸੀ ਬੀ ਸੀ ਇਕਨੋਮੀ ਵੀਕਰ ਐਕਸ ਸਰਵਿਸਮੈਨ ਜੋ ਇਹ ਸਾਰੀਆਂ ਕੈਟਾਗਰੀ ਹੁੰਦੀਆਂ ਇਹਨਾਂ ਲਈ 35% ਅਤੇ ਜਰਨਲ ਕੈਟਾਗਰੀ ਲਈ 40% ਮਤਲਬ ਜੋ ਤੁਹਾਡਾ ਮੇਨ 100 ਨੰਬਰ ਦਾ ਪੇਪਰ ਹੋਇਆ ਹੈ ਤਾਂ ਜਿਦੀ ਵੀ ਕੋਈ ਕੈਟਾਗਰੀ ਬਣਦੀ ਹੈ ਐਸ ਸੀ ਬੀ ਸੀ ਜਾਂ ਇਕਨੋਮੀ ਵੀਕਰ ਜਾਂ ਐਕਸ ਸਰਵਿਸਮੈਨ ਉਹਨਾਂ ਨੂੰ 100 ਵਿੱਚੋਂ 35 ਨੰਬਰ ਲੈਣੇ ਜ਼ਰੂਰੀ ਹੈ ਤਾਂ ਹੋ ਪਾਸ ਮੰਨੇ ਜਾਣਗੇ ਪਰ ਪੇਪਰ ਦੇ ਵਿੱਚ ਪਾਸ ਨਹੀਂ ਹੋਣਾ ਹੁੰਦਾ ਮੇਨ ਹੁੰਦਾ ਮੈਰਿਟ ਦੇ ਵਿੱਚ ਆਉਣਾ ਸੋ 35 ਨੰਬਰ ਜੇ 100 ਵਿੱਚੋਂ ਤੁਹਾਡੇ ਬਣਦੇ ਆ ਤਾਂ ਤੁਸੀਂ ਇਹ ਸਮਝ ਸਕਦੇ ਆ ਕਿ ਪਾਸ ਹੈ ਪਰ ਹਲੇ ਨੋਰਮਲਾਈਜੇਸ਼ਨ ਲੱਗਣੀ ਹੈ ਨੰਬਰ ਘਟ ਜਾਂ ਵਧ ਵੀ ਸਕਦੇ ਆ ਠੀਕ ਹੈ ਸੋ ਫਾਈਨਲ ਨੰਬਰ ਨਹੀਂ ਹੈ ਜੋ ਹੁਣ ਤੱਕ ਤੁਹਾਡੀ ਅਨਸਰ ਕੀ ਆਈ ਹੈ ਉਹ ਕਿਉਂਕਿ ਨੋਰਮਲਾਈਜੇਸ਼ਨ ਲੱਗ ਕੇ ਅਤੇ ਜੋ ਅਬਜੈਕਸ਼ਨ ਲੱਗੀ ਹੈ ਉਹ ਸਾਰਾ ਕੁਝ ਹੋ ਕੇ ਹਲੇ ਤੁਹਾਡੇ ਨੰਬਰ ਨਹੀਂ ਆਏ ਜਦੋਂ ਮੈਂ ਇਹ ਵੀਡੀਓ ਬਣਾ ਰਿਹਾ ਹਾਂ ਜਨਰਲ ਕੈਟਾਗਰੀ ਵਾਲਿਆਂ ਲਈ 40 ਨੰਬਰ ਚਾਹੀਦੇ ਆ ਠੀਕ ਹੈ 100 ਵਿੱਚੋਂ 40 ਅਤੇ ਅਦਰ ਕੈਟਾਗਰੀ ਲਈ 35 ਨੰਬਰ ਠੀਕ ਹੈ ਜੇ ਆਪਾਂ ਗੱਲ ਕਰੀਏ ਜੋ ਪੰਜਾਬੀ ਦਾ ਪੇਪਰ ਹੈ ਤੁਹਾਡਾ ਅ ਉਸ ਦੇ ਵਿੱਚ ਚਾਹੀਦੇ ਤੁਹਾਨੂੰ 50% ਠੀਕ ਹੈ ਪੰਜਾਬੀ ਦਾ ਪੇਪਰ ਕਿੰਨੇ ਨੰਬਰ ਦਾ ਸੀ 50 ਨੰਬਰ ਦਾ ਤੇ ਜੇ ਤੁਹਾਡੇ ਇਸ ਦੇ ਵਿੱਚ 25 ਨੰਬਰ ਬਣਦੇ ਆ ਹਰੇਕ ਦੇ ਬਣਦੇ ਹੋਗੇ ਕਿਉਂਕਿ ਬਹੁਤ ਹੀ ਆਸਾਨ ਪੇਪਰ ਪੰਜਾਬੀ ਦਾ ਆਇਆ ਠੀਕ ਹੈ ਇਸ ਦੀ ਜਗ੍ਹਾ ਜੇ ਮੇਨ ਪੇਪਰ ਥੋੜਾ ਜਿਆ ਵਧੀਆ ਆ ਜਾਂਦਾ ਪੰਜਾਬ ਜੀ ਕੇ ਉਸ ਦੇ ਵਿੱਚ ਜਿਆਦਾ ਆ ਜਾਂਦੇ ਆ ਜਾਂਦੀ ਤਾਂ ਉਹ ਵਧੀਆ ਗੱਲ ਹੋਣੀ ਸੀ ਪਰ ਪੰਜਾਬੀ ਦਾ ਪੇਪਰ ਬਹੁਤ ਆਸਾਨ ਆਇਆ ਸੋ ਸਾਰੇ ਪਾਸ ਹੋਣਗੇ ਇਸ ਦੇ ਵਿੱਚ 25 ਨੰਬਰ ਸਭ ਦੇ ਆ ਜਾਣੇ ਪੰਜਾਬ ਵਿੱਚੋਂ ਠੀਕ ਹੈ ਸੋ ਇਸ ਦੇ ਵਿੱਚ 25 ਨੰਬਰ ਲੈਣੇ ਜ਼ਰੂਰੀ ਆ 35 ਅਤੇ 40 ਕੈਟਾਗਰੀ ਵਾਈਜ਼ ਮੇਨ ਪੇਪਰ ਦੇ ਵਿੱਚ ਨੰਬਰ ਲੈਣੇ ਜ਼ਰੂਰੀ ਆ ਪਾਸ ਹੋਣ ਦੇ ਲਈ ਠੀਕ ਹੈ ਪਾਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਫਿਜ਼ੀਕਲ ਲਈ ਬੁਲਾਇਆ ਜਾਊਗਾ ਪਾਸ ਦਾ ਮਤਲਬ ਇੱਥੇ ਇੱਕ ਬਸ ਇਹਨਾਂ ਨੇ ਮਤਲਬ ਰੱਖਿਆ ਹੋਇਆ ਕਿ ਹਾਂ ਜੇ ਤੁਹਾਡੇ 35 ਆ ਗਏ ਜਾਂ 40 ਆ ਗਏ ਕੈਟਾਗਰੀ ਵਾਈਜ਼ ਤਾਂ ਤੁਸੀਂ ਪਾਸ ਮੰਨੇ ਜਾਊਂਗੇ ਪਰ ਫਿਜ਼ੀਕਲ ਲਈ ਫਿਜ਼ੀਕਲ ਟੈਸਟ ਲਈ ਮੈਰਿਟ ਦੇ ਆਧਾਰ ਦੇ ਉੱਤੇ ਬੁਲਾਇਆ ਜਾਊਗਾ ਠੀਕ ਹੈ ਇਹ ਜਿਹੜਾ ਪੂਰਾ ਨੋਟੀਫਿਕੇਸ਼ਨ ਹੈ ਇਹ ਮੈਂ ਟੈਲੀਗ੍ਰਾਮ ਦੇ ਉੱਤੇ ਪਾਇਆ ਹੋਇਆ ਤੁਹਾਨੂੰ ਦਿਖਾ ਦਿੰਨਾ ਸਾਰੇ ਜਣ ਜੀਕੇ ਫੈਕਟਸ ਟੈਲੀਗ੍ਰਾਮ ਦੇ ਉੱਤੇ ਸਰਚ ਕਰਕੇ ਚੈਨਲ ਜਰੂਰ ਜੁਆਇਨ ਕਰ ਲਓ ਇਸ ਦੇ ਵਿੱਚ ਤੁਹਾਨੂੰ ਇਹ ਨੋਟੀਫਿਕੇਸ਼ਨ ਮਿਲ ਜੂਗਾ ਠੀਕ ਹੈ ਫਾਈਲਸ ਦੇ ਵਿੱਚ ਜਾ ਕੇ ਦੇਖ ਲਿਓ ਮੈਂ ਦੁਬਾਰਾ ਤੋਂ ਫਿਰ ਤੋਂ ਪਾ ਦੂੰਗਾ ਤਾਂ ਜੋ ਸਾਰਿਆਂ ਨੂੰ ਇਹ ਅ 쇼 ਹੋ ਸਕੇ ਤੇ ਇਸ ਨੂੰ ਲੱਭਣ ਦੇ ਵਿੱਚ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਠੀਕ ਹੈ ਨੈਕਸਟ ਜੋ ਅਗਲੇ ਕੁਐਸਚਨ ਹੈ ਉਹਨਾਂ ਨੂੰ ਲੈਣ ਤੋਂ ਪਹਿਲਾਂ ਮੈਂ ਤੁਹਾਨੂੰ ਪਾਰਟ ਟਾਈਮ ਕੰਮ ਬਾਰੇ ਦੱਸਣਾ ਚਾਹੁੰਦਾ ਹਾਂ ਬਹੁਤ ਸਾਰੇ ਕੈਂਡੀਡੇਟ ਇਸ ਤਰ੍ਹਾਂ ਦੇ ਆ ਜੋ ਮੈਨੂੰ ਮੈਸੇਜ ਕਰਦੇ ਕਿ ਸਾਨੂੰ ਕੋਈ ਪਾਰਟ ਟਾਈਮ ਕੰਮ ਦੱਸ ਦਿਓ ਜਿਸ ਨਾਲ ਅਸੀਂ ਆਪਣਾ ਖਰਚਾ ਚਲਾ ਸਕੀਏ ਸੋ ਇਹ ਇੱਕ ਛੋਟੀ ਜੀ ਗੇਮਿੰਗ ਐਪ ਹੈ ਜੋ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਇੰਸਟਾਲ ਕਰਕੇ ਪਾਰਟ ਟਾਈਮ ਇਨਕਮ ਕਰ ਸਕਦੇ ਆ ਤੁਸੀਂ ਕੋਈ ਖਰਚ ਨਹੀਂ ਕਰਨਾ ਕੋਈ ਵੀ ਇਨਵੈਸਟਮੈਂਟ ਨਹੀਂ ਕਰਨੀ ਇਸ ਦੇ ਵਿੱਚ ਸਿਰਫ ਰੈਫਰ ਕਰਨਾ ਹੈ ਠੀਕ ਹੈ ਰੈਫਰ ਦੇ 100 ਰੁਪਏ ਤੱਕ ਇਸ ਦੇ ਵਿੱਚ ਮਿਲ ਸਕਦੇ ਆ ਅਲੱਗ-ਅਲੱਗ ਆਫਰ ਚੱਲ ਚੱਲਦੇ ਆ ਇਸ ਦੇ ਵਿੱਚ 40 ਤੋਂ ਲੈ ਕੇ ਸੋ ਇੱਕ ਰੈਫਰ ਦੇ ਮਿਲਦੇ ਆ ਠੀਕ ਹੈ ਸੋ ਇਸ ਦੇ ਬਾਰੇ ਤੁਸੀਂ ਨੰਬਰ ਦੇ ਉੱਤੇ ਮੈਸੇਜ ਵੀ ਕਰ ਸਕਦੇ ਆ ਮੈਨੂੰ ਤੁਹਾਨੂੰ ਮੈਂ ਲਿੰਕ ਵਗੈਰਾ ਦੇ ਦੂੰਗਾ ਬਾਕੀ ਮੈਂ ਟੈਲੀਗ੍ਰਾਮ ਦੇ ਉੱਤੇ ਵੀ ਪਾਇਆ ਹੋਇਆ ਹੈ YouTube ਵੀਡੀਓ ਵੀ ਪਾਈ ਹੋਈ ਹੈ ਇਸ ਦੇ ਵਿੱਚ ਸਾਰਾ ਕੁਝ ਦੱਸਿਆ ਹੈ ਠੀਕ ਹੈ ਲਿੰਕ ਵੀ ਦਿੱਤਾ ਹੋਇਆ ਹੈ ਭਦਾ ਇਸ ਲਿੰਕ ਤੋਂ ਇੰਸਟਾਲ ਕਰ ਲਿਓ APK ਫਾਈਲ ਡਾਊਨਲੋਡ ਹੋਊਗੀ Play Store ਦੇ ਉੱਤੇ ਇਹ ਐਪਲੀਕੇਸ਼ਨ ਨਹੀਂ ਹੈ ਠੀਕ ਹੈ ਸੋ APK ਫਾਈਲ ਜਦੋਂ ਤੁਸੀਂ ਕੋਈ ਵੀ ਡਾਊਨਲੋਡ ਕਰਦੇ ਆ ਤਾਂ ਉੱਥੇ ਕੁਝ ਪਰਮਿਸ਼ਨ ਦੇਣੀਆਂ ਪੈਂਦੀਆਂ ਫੋਨ ਦੀਆਂ ਤਾਂ ਉਹਨਾਂ ਨੂੰ ਓਨ ਕਰ ਲਿਓ ਠੀਕ ਹੈ ਇਹ ਜੈਨੂਇਨ ਐਪ ਹੈ ਮੈਂ ਇਸ ਨੂੰ 3 ਜਾਂ 4 ਸਾਲ ਤੋਂ ਯੂਜ਼ ਕਰ ਰਿਹਾ ਹਾਂ ਤੇ ਇਨਕਮ ਇਸ ਦੇ ਵਿੱਚ ਮੇਰੀ ਦੇਖ ਲਓ ਅ 5 ਲੱਖ ਦੇ ਕਰੀਬ ਟੋਟਲ ਹੋ ਚੁੱਕੀ ਆ ਕਿਉਂਕਿ ਇਸ ਦੇ ਵਿੱਚ ਰੈਫਰ ਦੇ ਜੋ ਅਰਨਿੰਗ ਆ ਉਹ ਕਾਫੀ ਜ਼ਿਆਦਾ ਹੁੰਦੀ ਆ 100 ਰੁਪਏ ਤੱਕ ਮਿਲਦੇ ਆ ਕਈ ਵਾਰ ਹੁਣ ਦੇਖੋ ਐਟ ਅ ਟਾਈਮ ਇਸ ਦੇ ਵਿੱਚ ਮੈਨੂੰ 45 ਵਾਲਾ ਆਫਰ ਚੱਲ ਰਿਹਾ 45 ਆ 50 ਦਾ ਆਫਰ ਇਹ ਚੱਲ ਰਿਹਾ ਏ ਠੀਕ ਹੈ ਜੇ ਤੁਸੀਂ ਇੰਸਟਾਲ ਕਰੋਗੇ ਤਾਂ ਕੋਈ ਵੀ ਇੱਕ ਜਾਂ ਦੋ ਗੇਮ ਖੇਡ ਲਿਓ ਫ੍ਰੀ ਵਾਲੀ ਠੀਕ ਹੈ ਪੈਸੇ ਲਾ ਕੇ ਗੇਮ ਕੋਈ ਵੀ ਨਾ ਖੇਡਿਓ ਉਸ ਤੋਂ ਬਾਅਦ ਤੁਸੀਂ ਅਰਨਿੰਗ ਕਿਵੇਂ ਕਰਨੀ ਆ ਜਿੰਨੇ ਵੀ ਤੁਹਾਡੇ ਆਸ-ਪਾਸ ਮੋਬਾਈਲ ਫੋਨ ਆ ਤੁਹਾਡੇ ਘਰ ਦੇ ਵਿੱਚ ਐ ਜਾਂ ਜੋ ਵੀ ਤੁਹਾਨੂੰ ਮਿਲਦਾ ਉਹਨਾਂ ਦੇ ਵਿੱਚ ਆਪਣੇ ਲਿੰਕ ਤੋਂ ਇਹ ਮੋਬਾਈਲ ਬੈਲੈਂਸ ਡਾਲ ਕਰਿਓ ਤੇ ਇੱਕ ਦੋ ਗੇਮ ਫਰੀ ਵਾਲੀ ਖੇਡ ਲਿਓ ਤਾਂ ਇਸ ਤਰ੍ਹਾਂ ਤੁਸੀਂ 7-8 ਜੇ ਰੈਫਰ ਕਰਤੇ ਤਾਂ ਤੁਹਾਡੀ ਅਰਨਿੰਗ ਸ਼ੁਰੂ ਹੋ ਜੂਗੀ ਇਸੇ ਤਰ੍ਹਾਂ ਠੀਕ ਹੈ ਸੋ ਮੈਂ ਕਾਫੀ ਟਾਈਮ ਤੋਂ ਇਸ ਨੂੰ ਯੂਜ਼ ਕਰਦਿਆਂ 3-4 ਸਾਲਾਂ ਤੋਂ ਤਾਂ ਮੇਰੀ ਇਹ ਇਨਕਮ ਇੰਨੀ ਹੋਈ ਹੈ ਤੁਸੀਂ ਵੀ ਕਰ ਸਕਦੇ ਆ ਆਪਣਾ ਖਰਚਾ ਬਣੀ ਕੱਢ ਸਕਦੇ ਆ ਇਸ ਤੋਂ ਟੈਲੀਗ੍ਰਾਮ ਦੇ ਉੱਤੇ ਦੇਖ ਲਿਓ ਜਾਂ ਨੰਬਰ ਦੇ ਉੱਤੇ ਮੈਸੇਜ ਕਰ ਲਓ ਚਲੋ ਹੁਣ ਆਪਾਂ ਗੱਲ ਕਰਦੇ ਆ ਨੋਰਮਲਾਈਜੇਸ਼ਨ ਤੋਂ ਬਾਅਦ ਅਤੇ objections ਤੋਂ ਬਾਅਦ ਤੁਹਾਡੇ ਕਿੰਨੇ ਨੰਬਰ ਵਧਣਗੇ 2021 ਦੇ ਵਿੱਚ 4300 ਦੇ ਕਰੀਬ ਪੋਸਟਾਂ ਸੀ ਠੀਕ ਹੈ ਇਸ ਵਾਰ ਲਗਭਗ 1700 ਦੇ ਕਰੀਬ ਪੋਸਟਾਂ ਹੈ ਕਾਂਸਟੇਬਲ ਦੀਆਂ ਠੀਕ ਹੈ ਸੋ ਪਿਛਲੀ ਵਾਰ ਵੀ ਨਾਰਮਲਾਈਜੇਸ਼ਨ ਲੱਗੀ ਸੀ ਤਾਂ ਪਿਛਲੀ ਵਾਰ ਵੀ ਨੰਬਰਾਂ ਦੇ ਵਿੱਚ ਕਾਫੀ ਫਰਕ ਪਿਆ ਸੀ ਪਰ ਪਿਛਲੀ ਵਾਰ ਹੀ 2021 ਦੇ ਵਿੱਚ ਪੇਪਰ ਕਾਫੀ ਆਸਾਨ ਆਇਆ ਸੀ ਕਾਂਸਟੇਬਲ ਦਾ ਇਸ ਵਾਰ ਮਤਲਬ ਪੇਪਰ ਦੀ ਕੁਝ ਸਮਝ ਨਹੀਂ ਲੱਗੀ ਪੰਜਾਬ ਜੀ ਕੇ ਇਹਨਾਂ ਨੇ ਪਾਈ ਨਹੀਂ ਠੀਕ ਹੈ ਬਹੁਤ ਮਤਲਬ ਟਫ ਪੇਪਰ ਆਇਆ ਸੋ ਇਸ ਵਾਰ ਪਹਿਲਾ ਨਾਲੋਂ ਜਿਹੜੀ ਮੈਰਿਟ ਹੈ ਕੱਟਆਫ ਹੈ ਉਹ ਘਟ ਜਾਊਗੀ ਬੇਸ਼ੱਕ ਇਸ ਵਾਰ ਪੋਸਟਾਂ ਵੀ ਘਟ ਹੈ ਪਰ ਜਿੱਥੇ ਤੱਕ ਮੇਰਾ ਐਨਲਾਈਜ਼ ਹੈ ਤਾਂ ਪੇਪਰ ਦੇ ਹਿਸਾਬ ਨਾਲ ਇਹ ਜਿਹੜੀ ਮੈਰਿਟ ਹੈ ਤੁਹਾਡੀ ਇਹ ਪਿਛਲੀ ਵਾਰ ਨਾਲੋਂ ਘਟ ਜਾ ਸਕਦੀ ਹੈ ਹੁਣ ਇੱਥੇ ਗੱਲ ਆਉਂਦੀ ਹੈ ਕਿ ਕਿੰਨੇ ਨੰਬਰ ਵਾਲੇ ਨੂੰ ਫਿਜ਼ੀਕਲ ਦੀ ਤਿਆਰੀ ਕਰਨੀ ਚਾਹੀਦੀ ਹੈ ਅ ਇਸ ਦੇ ਬਾਰੇ ਕੋਈ ਵੀ ਕਲੀਅਰਤਾ ਨਹੀਂ ਦੱਸ ਸਕਦਾ ਪਰ ਜੇ ਤੁਹਾਡੇ ਨੰਬਰ 50 ਦੇ ਕਰੀਬ ਬਣਦੇ ਆ ਠੀਕ ਹੈ ਕਿਉਂਕਿ ਹਲੇ ਅਬਜੈਕਸ਼ਨ ਦੇ ਨੰਬਰ ਵੀ ਜੁੜਨੇ ਆ ਕਾਫੀ ਕੁਐਸਚਨ ਇਹਨਾਂ ਨੇ ਗਲਤ ਕੀਤੇ ਹੋਏ ਸੀ ਜੇ ਤੁਹਾਨੂੰ ਲੱਗਦਾ ਕਿ ਉਹ ਕੁਐਸਚਨ ਤੁਹਾਡੇ ਮੰਨ ਲਓ ਕਿਸੇ ਦੇ 40 ਜਾਂ 42 ਨੰਬਰ ਬਣਦੇ ਆ ਠੀਕ ਹੈ ਤੇ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਆਨਸਰ ਕਾਫੀ ਗਲਤ ਕੀਤੇ ਹੋਏ ਆ 8 ਜਾਂ 10 ਤਾਂ ਤੁਹਾਡੇ ਕਿੰਨੇ ਨੰਬਰ ਬਣ ਕੇ 50 ਜਾਂ 52 ਠੀਕ ਹੈ ਉਸ ਤੋਂ ਬਾਅਦ ਜੇ ਉਸ ਸ਼ਿਫਟ ਉਹ ਓਕੀ ਹੋਈ ਤਾਂ ਹੋਰ ਵੀ ਨੰਬਰ ਵੱਧ ਸਕਦੇ ਆ ਮਤਲਬ ਤੁਹਾਡੇ ਨੰਬਰ 55 56 ਦੇ ਕਰੀਬ ਜਾ ਸਕਦੇ ਆ ਠੀਕ ਹੈ ਜਿਨ੍ਹਾਂ ਦੇ 40 42 ਆ ਅਤੇ 8 10 ਉਹਨਾਂ ਦੇ ਅਬਜੈਕਸ਼ਨ ਦੇ ਵਿੱਚ ਮਤਲਬ ਤੁਹਾਨੂੰ ਲੱਗਦਾ ਸੀ ਕਿ ਇਹ ਸਹੀ ਹੈ ਤੁਹਾਡੇ ਤੇ ਇਹਨਾਂ ਦੇ ਨੰਬਰ ਮਿਲਣਗੇ ਠੀਕ ਹੈ ਸੋ ਜਿਨ੍ਹਾਂ ਦੇ ਵੀ ਨੰਬਰ 50 ਦੇ ਕਰੀਬ ਬਣਦੇ ਆ ਚਾਹੇ ਉਹ ਕਿਸੇ ਵੀ ਕੈਟਾਗਰੀ ਦਾ ਏ ਤਾਂ ਤੁਸੀਂ ਫਿਜ਼ੀਕਲ ਦੀ ਤਿਆਰੀ ਆਪਣੀ ਰੱਖੋ ਕਿਉਂਕਿ ਜਦੋਂ ਤੁਹਾਡਾ ਅ ਰਿਜ਼ਲਟ ਆ ਗਿਆ ਦੋਸਤੋ ਬਾਅਦ ਤੁਹਾਨੂੰ ਟਾਈਮ ਨਹੀਂ ਮਿਲਣਾ ਫਿਜ਼ੀਕਲ ਦੀ ਤਿਆਰੀ ਕਰਨ ਦੇ ਲਈ ਫਿਜ਼ੀਕਲ ਟੈਸਟ ਦੀ ਤਿਆਰੀ ਕਰਨ ਦੇ ਲਈ ਠੀਕ ਹੈ ਸੋ ਤਿਆਰੀ ਆਪਣੀ ਹੁਣ ਤੋਂ ਹੀ ਰੱਖੋ ਹੋ ਸਕਦਾ ਇਹ ਹਫਤੇ ਬਾਅਦ ਹੀ ਕਹਿ ਦੇਣ ਕਿ ਤੁਹਾਡਾ ਰਿਜ਼ਲਟ ਆ ਗਿਆ ਇਸ ਤਰੀਕ ਤੋਂ ਤੁਹਾਡਾ ਫਿਜ਼ੀਕਲ ਟੈਸਟ ਸ਼ੁਰੂ ਹੋ ਜਾਊਗਾ ਹੁਣ ਆਪਾਂ ਗੱਲ ਕਰੀਏ ਰਿਜ਼ਲਟ ਕਦੋਂ ਦਾ ਆ ਸਕਦਾ ਹੈ ਜਿਹੜਾ ਤੁਹਾਡਾ ਰਿਜ਼ਲਟ ਹੈ ਇਹ ਹੁਣ ਬਹੁਤ ਛੇਤੀ ਕਦੋਂ ਵੀ ਆ ਸਕਦਾ ਹੈ ਕਿਸੇ ਵੀ ਟਾਈਮ ਤੁਹਾਡਾ ਇਹ ਰਿਜ਼ਲਟ ਆ ਸਕਦਾ ਹੈ ਆ ਮੇਰਾ ਜੋ ਐਨਲਾਈਜ਼ ਹੈ ਉਸ ਦੇ ਅਕੋਰਡਿੰਗ 20 ਤਰੀਕ ਦੇ ਆਸ-ਪਾਸ 20 ਅਕਤੂਬਰ ਦੇ ਆਸ-ਪਾਸ ਤੁਹਾਡਾ ਰਿਜ਼ਲਟ ਆ ਸਕਦਾ ਹੈ ਤੇ ਇਸ ਮੰਥ ਦੇ ਐਂਡ ਦੇ ਵਿੱਚ ਫਿਜ਼ੀਕਲ ਟੈਸਟ ਹੈ ਜਿਹੜੇ ਉਹ ਸ਼ੁਰੂ ਹੋ ਸਕਦੇ ਆ ਜਾਂ ਫਿਰ ਨਵੰਬਰ ਦੇ ਸਟਾਰਟਿੰਗ ਦੇ ਵਿੱਚ ਕਿਉਂਕਿ ਆਪਣੇ ਜੋ ਮੁੱਖ ਮੰਤਰੀ ਆ ਭਗਵੰਤ ਮਾਨ ਉਹਨਾਂ ਨੇ ਕਿਹਾ ਸੀ ਕਿ ਦਸੰਬਰ ਤੱਕ ਇਹ ਭਰਤੀ ਕੰਪਲੀਟ ਕਰਨੀ ਹੈ ਸੋ ਇਹ ਭਰਤੀ ਤਾਂ ਹੀ ਕੰਪਲੀਟ ਹੋਊਗੀ ਜੇ ਇਸ ਦਾ ਰਿਜ਼ਲਟ ਅ ਮਤਲਬ ਬੀ ਦੇ ਆਸ-ਪਾਸ ਆਊਗਾ ਅਤੇ ਫਿਜ਼ੀਕਲ ਟੈਸਟ ਹੈ ਜਿਹੜਾ ਉਹ ਨਵੰਬਰ ਦੇ ਸਟਾਰਟਿੰਗ ਦੇ ਵਿੱਚ ਹੋਊਗਾ ਉਸ ਤੋਂ ਬਾਅਦ ਰਿਜ਼ਲਟ ਵੀ ਬਣਨਾ ਹੈ ਸਾਰਾ ਕੁਝ ਹੋਣਾ ਅੱਗੇ ਦਾ ਪ੍ਰੋਸੈਸ ਠੀਕ ਹੈ ਸੋ ਮੈਰਿਟ ਕਿੰਨੀ ਜਾਵੇਗੀ ਮੈਰਿਟ 2021 ਦੀ ਜੋ ਗਈ ਸੀ ਉਹ ਤੁਹਾਨੂੰ ਇੱਕ ਵਾਰੀ ਦਿਖਾਉਣਾ ਮੈਂ ਆਫਟਰ ਨਾਰਮਲਾਈਜੇਸ਼ਨ ਜਿਨ੍ਹਾਂ ਦੇ ਨੰਬਰ ਜਨਰਲ ਵਾਲਿਆਂ ਦੇ 70 ਸੀ ਤੇ ਫੀਮੇਲ ਲਈ 65 ਸੀ ਉਹਨਾਂ ਨੂੰ ਫਿਜ਼ੀਕਲ ਟੈਸਟ ਲਈ ਬੁਲਾਇਆ ਗਿਆ ਸੀ ਬਾਕੀ ਅਦਰ ਕੈਟਾਗਰੀ ਵਾਈਜ਼ ਤੁਸੀਂ ਇਹ ਦੇਖ ਸਕਦੇ ਆ ਠੀਕ ਹੈ ਐਸਸੀ ਕਾਸਟ ਲਈ 58 ਵਾਲਿਆਂ ਨੂੰ ਮੇਲ ਨੂੰ ਤੇ ਫੀਮੇਲ ਨੂੰ 55 ਵਾਲਿਆਂ ਨੂੰ ਐਸਸੀ ਆਰਾਮਦਾਸਯਾ ਐਂਡ ਅਦਰ ਲਈ 64 ਅਤੇ 58 ਠੀਕ ਹੈ ਮੇਲ ਅਤੇ ਫੀਮੇਲ ਦੀ ਉਸ ਤੋਂ ਬਾਅਦ ਬੀਸੀ ਲਈ 65 ਤੇ 60 ਮੇਲ ਤੇ ਫੀਮੇਲ ਦੀ ਠੀਕ ਹੈ ਐਕਸ ਸਰਵਿਸ ਮੈਨ ਲਈ 53 ਅਤੇ 32 ਇਹ ਤੁਸੀਂ ਸਾਰਾ ਦੇਖ ਸਕਦੇ ਆ ਇਹ ਮਤਲਬ ਜਿਨ੍ਹਾਂ ਨੂੰ ਫਿਜ਼ੀਕਲ ਟੈਸਟ ਲਈ ਬੁਲਾਇਆ ਗਿਆ ਸੀ ਉਹਨਾਂ ਦੇ ਇਹ ਨੰਬਰ ਹੈ ਪਰ ਇਸ ਵਾਰ ਬਹੁਤ ਜ਼ਿਆਦਾ ਫਰਕ ਹੈ ਪੇਪਰ ਕਾਫੀ ਆਸਾਨ ਸੀ 2021 ਦੇ ਵਿੱਚ ਇਸ ਵਾਰ ਕਾਫੀ ਟਫ ਸੀ ਸੋ ਜੋ ਇਹ ਫਿਜ਼ੀਕਲ ਲਈ ਬੁલાਏ ਆ ਇੰਨੇ ਨੰਬਰ ਵਾਲਿਆਂ ਨੂੰ ਤਾਂ ਇਸ ਵਾਰ ਮੈਨੂੰ ਨਹੀਂ ਲੱਗਦਾ ਕਿ ਜਨਰਲ ਵਾਲਿਆਂ ਦੀ ਇੰਨੀ 70 ਦੇ ਕਰੀਬ ਜਾਊਗੀ ਜਿਨ੍ਹਾਂ ਨੂੰ ਫਿਜ਼ੀਕਲ ਲਈ ਬੁਲਾਇਆ ਜਾਊਗਾ ਠੀਕ ਹੈ ਸੋ ਮੇਰੇ ਹਿਸਾਬ ਨਾਲ ਇਹ 60 ਜਾਂ 65 ਤੱਕ ਹੋ ਸਕਦਾ ਕਿ ਜਰਨਲ ਨੂੰ ਬੁਲਾ ਲੈਣ ਫਿਜ਼ੀਕਲ ਟੈਸਟ ਦੇ ਲਈ ਠੀਕ ਹੈ ਸਾਰਾ ਕੁਝ ਹੋ ਜੂਗਾ ਜਦੋਂ ਓਬਜੈਕਸ਼ਨ ਲੱਗ ਜੂਗੀ ਜਾਂ ਨਾਰਮਲਾਈਜੇਸ਼ਨ ਹੋ ਜੂਗਾ ਠੀਕ ਹੈ ਬਾਕੀ ਤੁਹਾਡੇ ਜਿੰਨੇ ਵੀ ਹੁਣ ਨੰਬਰ ਆਏ ਆ ਤੁਸੀਂ ਉਹ ਨੰਬਰ ਅ ਮਤਲਬ ਉਹ ਫਾਈਨਲ ਨੰਬਰ ਨਹੀਂ ਹੈ ਤੁਹਾਡੇ ਓਬਜੈਕਸ਼ਨ ਦੇ ਨੰਬਰ ਵੀ ਜੁੜਨੇ ਆ ਨਾਰਮਲਾਈਜੇਸ਼ਨ ਹੋ ਕੇ ਵੀ ਨੰਬਰ ਜੁੜਨੇ ਆ ਸੋ ਜਿਵੇਂ ਮੈਂ ਕਿਹਾ ਮੈਂ ਪਹਿਲਾਂ ਹੀ ਦੱਸਿਆ ਕਿ ਜਿਨ੍ਹਾਂ ਦੇ 50 ਦੇ ਕਰੀਬ ਬਣਦੇ ਆ ਉਹ ਆਪਣੀ ਤਿਆਰੀ ਜਰੂਰ ਕਰੋ ਕਿਸੇ ਵੀ ਕੈਟਾਗਰੀ ਨਾਲ ਰਿਲੇਟਡ ਹੈ ਠੀਕ ਹੈ ਤਾਂ ਜਰੂਰ ਤੁਸੀਂ ਆਪਣੀ ਉਹ ਕਰੋ ਖਾਸ ਤੌਰ ਤੇ ਜਰਨਲ ਜਿਨ੍ਹਾਂ ਦੇ 50 ਬਾਕੀ ਅਦਰ ਕੈਟਾਗਰੀ ਵਾਲੇ 40 ਵਾਲੇ ਵੀ ਕਰ ਸਕਦੇ ਆ ਮਤਲਬ ਇਹੀ ਮੈਂ ਤੁਹਾਨੂੰ ਦੱਸਿਆ ਕਿ ਤੁਹਾਡੇ ਨੰਬਰ ਜੇ ਮਤਲਬ 40 ਦੇ ਕਰੀਬ ਐ ਬਾਕੀ 8 10 ਜੇ ਤੁਹਾਡੇ ਗਲਤ ਮਤਲਬ ਲੱਗਿਆ ਤੁਹਾਨੂੰ ਕਿ 8 10 ਗਲਤ ਕੁਐਸਚਨ ਐ ਤੁਹਾਡੇ ਉਹਨਾਂ ਦਾ ਆਨਸਰ ਆਨਸਰ ਕਿਹਦੇ ਵਿੱਚ ਗਲਤ ਐ ਤੁਹਾਡੇ ਸਹੀ ਐ ਤਾਂ ਕਿੰਨੇ ਹੋਗੇ ਜਿਵੇਂ ਮੈਂ ਤੁਹਾਨੂੰ ਕੈਲਕੂਲੇਸ਼ਨ ਕਰਕੇ ਦੱਸਿਆ ਮਤਲਬ ਜੇ ਆਪਾਂ ਸਿੱਧੀ ਜੀ ਗੱਲ ਕਰੀਏ ਜਿਨ੍ਹਾਂ ਦੇ ਨੰਬਰ ਐਟ ਅ ਟਾਈਮ 40 ਦੇ ਕਰੀਬ ਬਣਦੇ ਆ ਸਾਰੇ ਜਾਣੇ ਆਪਣੀ ਤਿਆਰੀ ਜਰੂਰ ਕਰੋ ਕਿਉਂਕਿ ਨੰਬਰ ਘਟ ਜਾਂ ਵਧ ਵੀ ਸਕਦੇ ਆ ਤੇ ਮੈਰਿਟ ਪਿਛਲੀ ਵਾਰ ਨਾਲੋਂ ਜਿਨ੍ਹਾਂ ਨੂੰ ਫਿਜ਼ੀਕਲੀ ਬੁਲਾਇਆ ਜਾਣਾ ਉਹ ਘਟ ਰਹੂਗੀ ਕਿਉਂਕਿ ਪੇਪਰ ਟਫ ਸੀ ਪੋਸਟਾਂ ਬੇਸ ਘਟ ਸੀ ਠੀਕ ਹੈ ਸੋ ਇਸ ਦੇ ਅਕੋਰਡਿੰਗ ਆਪਣੀ ਤਿਆਰੀ ਹੁਣ ਆਪਾਂ ਗੱਲ ਕਰਦੇ ਆ ਥੋੜੀ ਜੀ ਨਵੀਂ ਭਰਤੀ ਬਾਰੇ ਠੀਕ ਹੈ ਨਵੀਂ ਭਰਤੀ ਕਦੋਂ ਆਵੇਗੀ ਨਵੀਂ ਭਰਤੀ ਦਾ ਨੋਟੀਫਿਕੇਸ਼ਨ 2024 ਦੇ ਵਿੱਚ ਆਊਗਾ ਜਨਵਰੀ ਦੇ ਵਿੱਚ ਤੁਹਾਡੀ ਤਿਆਰੀ ਵਧੀਆ ਢੰਗ ਨਾਲ ਕਰਵਾਉਂਗੇ ਜਦੋਂ ਵੀ ਨੋਟੀਫਿਕੇਸ਼ਨ ਆ ਗਿਆ ਤੇ ਇਸ ਵਾਰ ਇਹ ਉਮੀਦ ਹੈ ਮਤਲਬ ਇਸ ਵਾਰ TCS ਨੂੰ ਇਹ ਭਰਤੀ ਦਾ ਟੈਂਡਰ ਹੈ ਜਿਹੜਾ ਇਹ ਨਹੀਂ ਮਿਲਣਾ ਚਾਹੀਦਾ ਠੀਕ ਹੈ ਸੋ ਇਸ ਦੇ ਲਈ ਵੀ ਤੁਸੀਂ ਮੇਰੇ ਟੈਲੀਗ੍ਰam ਦੇ ਉੱਤੇ ਜੁੜ ਜਾਓ WhatsApp ਦੇ ਉੱਤੇ ਮੈਸੇਜ ਕਰ ਲਓ TCS ਨੂੰ ਆਪਾਂ ਨੇ ਟੈਂਡਰ ਨਹੀਂ ਲੈਣ ਦੇਣਾ ਕਿਉਂਕਿ TCS ਨੇ ਬਹੁਤ ਜ਼ਿਆਦਾ ਗੰਦ ਪਾਇਆ ਹੈ ਬਹੁਤ ਹੀ ਗਲਤ ਪੇਪਰ ਉਹਨਾਂ ਨੇ ਲਿਆ ਬਹੁਤ ਹੀ ਗਲਤ ਕੁਐਸਚਨ ਪਾਏ ਆ ਪੰਜਾਬ ਜੀ ਕਿਨਾਰਾ ਰਿਲੇਟਡ ਕੁਐਸਚਨ ਪਉਣੀ ਭੁੱਲ ਗਈ TCS ਸੋ TCS ਪੰਜਾਬ ਦਾ ਕੋਈ ਵੀ ਪੇਪਰ ਲੈਣ ਦੇ ਲਾਇਕ ਹੈ ਹੀ ਨਹੀਂ ਠੀਕ ਹੈ ਸਬ ਇੰਸਪੈਕਟਰ ਦੀ ਇਹ ਗੱਲ ਕਰੀਏ ਉਹ ਵੀ ਪੇਪਰ TCS ਨੂੰ ਨਹੀਂ ਟੈਂਡਰ ਮਿਲਣਾ ਚਾਹੀਦਾ ਉਸ ਦਾ ਵੀ ਕੋਈ ਵੀ ਪੇਪਰ ਦਾ ਟੈਂਡਰ TCS ਨੂੰ ਨਹੀਂ ਮਿਲਣਾ ਚਾਹੀਦਾ ਹੋਰ ਏਜੰਸੀਆਂ ਵਧੀਆ ਨੇ ਪੰਜਾਬ ਦੇ ਵਿੱਚ PTP SB ਹੈ ਠੀਕ ਹੈ ਉਹ ਵਧੀਆ ਪੇਪਰ ਕੰਡਕਟ ਕਰ ਸਕਦੀਆਂ ਸੋ ਇਸ ਦਾ ਵੀ ਆਪਾਂ ਜਰੂਰ ਵਿਰੋਧ ਕਰਾਂਗੇ ਜੇ TCS ਨੂੰ ਟੈਂਡਰ ਇਹਨਾਂ ਨੇ ਦੇਤਾ ਠੀਕ ਹੈ ਕਿਸੇ ਵੀ ਹਾਲਤ TCS ਉਹ ਪੇਪਰ ਨਹੀਂ ਲੈਣ ਦੇਣਾ 2024 ਦੇ ਵਿੱਚ ਜੋ ਭਰਤੀ ਦਾ ਨੋਟੀਫਿਕੇਸ਼ਨ ਆਊਗਾ ਠੀਕ ਹੈ ਸੋ ਹੁਣ ਤੱਕ 21 ਦੇ ਵਿੱਚ ਵੀ ਇਹਨਾਂ ਨੇ ਐਵੇਂ ਕੀਤਾ ਬਹੁਤ ਜ਼ਿਆਦਾ ਮਤਲਬ ਸਹੀ ਢੰਗ ਨਾਲ ਨਹੀਂ કરી ਭਰਤੀ ਹੁਣ ਵੀ ਇਹਨਾਂ ਨੇ ਐਵੇਂ ਹੀ ਕਰਿਆ ਇਹ ਕੁਐਸਚਨ ਗਲਤ ਕਰਤੇ ਸਹੀ ਤੇ ਪੇਪਰ ਸਹੀ ਢੰਗ ਨਾਲ ਨਹੀਂ ਪਾਏ ਠੀਕ ਹੈ ਸ਼ਿਫਟਾਂ ਬਹੁਤ ਵਧਾਤੀਆਂ 32 33 ਦੇ ਕਰੀਬ ਸ਼ਿਫਟਾਂ ਦੇ ਵਿੱਚ ਪੇਪਰ ਹੋਇਆ ਠੀਕ ਹੈ ਸੋ ਸਾਰੇ ਜਣੇ ਜ਼ਰੂਰ ਮੈਸੇਜ ਕਰੋ ਜੁੜਜੋ ਠੀਕ ਹੈ ਜੋ ਵੀ ਹੋਊਗਾ ਉਹ ਆਪਾਂ ਅੱਗੇ ਕਰਾਂਗੇ ਠੀਕ ਹੈ ਸੋ ਵੀਡੀਓ ਲੰਬੀ ਬਣ ਜਾਣੀ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸ ਦੂੰਗਾ ਕਿ एलिजिਬਿਲਟੀ ਕੀ ਹੈ 2024 ਦੀਆਂ ਜੋ ਪੋਸਟ ਆ ਰਹੀਆਂ ਸਾਰੀ ਡਿਟੇਲ ਉਸ ਦੇ ਵਿੱਚ ਦੇ ਦੂੰਗਾ ਕੌਣ ਕੌਣ ਅਪਲਾਈ ਕਰ ਸਕਦਾ ਉਮਰ ਕਿੰਨੀ ਚਾਹੀਦੀ ਹੈ ਸਾਰੀ ਜਾਣਕਾਰੀ A to Z ਤੁਹਾਨੂੰ ਦੇ ਦੂੰਗਾ ਕਿਉਂਕਿ ਇਹ ਵਾਲੀ ਵੀਡੀਓ ਔਰਲਡੀ ਕਾਫੀ ਜਿਆਦਾ ਲੰਬੀ ਬਣ ਚੁੱਕੀ ਹੈ ਸੋ ਅਗਲੀ ਵੀਡੀਓ ਦੇ ਵਿੱਚ ਹੋਰ ਆਪਾਂ ਗੱਲਾਂ ਬਾਤਾਂ ਕਰਾਂਗੇ ਧੰਨਵਾਦ